एक मुद्दा बड़ा भख्या होया है, कोई एक खच बंदा जिहड़ा अपने आप नूं कोई मुलाजम दसदा है, साडी भैण हरजिंदर कौर उपल जिहदी की स्टोरियां तुसीं पहलां वी फेसबुक जरिए देखते रहने हो कि वह भैण साडी खेती करदी है, जो राह सानूं साडे गुरु दिखा के गए किरत करना बाबा नानक सानूं दस के गया, उस राह ते वह भैण साडी चली हुई है ते किरत करके कमाई करदी है, ते उहदा जिहड़ा फायदा ये जिहड़े पापी लोग है चकना चाहुंदे है कि वह एक औरत है कि असीं औरत दे नाल धक्का करके सब कुछ कर लवांगे। पर मैं उन्हां पापी लोगों नूं दसदा कि जिहड़ा वह कोई भी कर्मचारी है, भावें वह पुलिस मुलाजम है, भावें कोई भी है, वह सिरे दा खच बंदा है जिहड़ा साडी भैण नूं मैसेज भेजदा जां उहनूं धक्के नाल कहिंदा असीं ब्याह करा ला मैं तेरे नाल ब्याह कराउणा है जां तेरा शरीर है जिहड़ा असीं करदा नाल पाड़ दांगे, उस हरामजादे नूं मैं कहिंदा कि साडा चैलेंज है तैनूं आ नंबर दिता है उपर उस भैन को दूर जान या दूर की गल आ साडे नंबर ते कंटैक्ट कर ली, तू पहला तो साडे नाल ही टक्कर लै। गल तो यह है कि असी वो हाँ साडी सिख कौम तो वह है जिहड़े गजनी के बाजार के बिचों गजनी के बाजारों चो होर धर्म दियां धीआं भैणां नूं असी छड़ा के लिआउंदे रहे हां, उन्हां दी इज्जत नाल जिहड़े खेडदे सी उन्हां दे सौदे लाउंदे रहे हां, मुगलां तों धीआं भैणां नूं बचाउंदे रहे हां, असी वह कौम दे जाए हाँ ते तुसीं साडी धी भैण ते अख रख लोगे, ये कदे हो नहीं सकता। तुहानू खुला चैलेंज है जिहड़ा खच जिहा बंदा साडी उस भैण नूं कहिंदा है कि मेरे नाल ब्याह करा नहीं तैनूं मार दांगे जां धमकियां दिंदा है, उस नूं कहिंदा कि आपदियां धमकियां धुमकियां तों बाज आ जा नहीं तेरे अर्गे पहलां बहुत सिख कौम ने देखे है बथेरे झटकाए है, कदे आपदे वहम च होवो, ये सिख कौम है जिहड़ी हर एक नाल खड़दी है दूजे धर्मां नाल खड़दी है, धर्म बचाए हुए है ते असीं आपदियां जिद्दां नूं क्यों नहीं बचावांगे, ਤੁਹਾਡੇ ਵਰਗੇ ਗੰਦ ਬੰਦਿਆਂ ਕਰਕੇ ਇੱਥੇ ਪੰਜਾਬ 'ਚ ਜਿਹੜਾ ਮਾਹੌਲ ਖਰਾਬ ਹੋਇਆ ਹੋਇਆ ਅਤੇ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਉਸ ਏਰੀਏ ਦਾ ਪ੍ਰਸ਼ਾਸਨ ਕਿੱਥੇ ਹੈ ਜਿਹੜਾ ਬੰਦਾ ਗੱਡੀਆਂ ਲੈ ਕੇ ਉਹਨਾਂ ਦੇ ਘਰੇ ਜਾ ਕੇ ਕਹਿੰਦਾ ਵੀ ਮੇਰੇ ਨਾਲ ਚਲੋ ਤੁਹਾਡੀ ਇਨਵੈਸਟੀਗੇਸ਼ਨ ਕਰਨੀ ਹੈ, ਪ੍ਰਸ਼ਾਸਨ ਕਿੱਥੇ ਹੈ ਸਰੇਆਮ ਉਹ ਸਾਡੀ ਭੈਣ ਹਰਜਿੰਦਰ ਕੌਰ ਉੱਪਰ ਪ੍ਰੂਫ ਲਈ ਬੈਠੀ ਹੈ ਅਤੇ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ, ਅਤੇ ਕਿੱਥੇ ਇੱਥੋਂ ਦਾ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਮੈਂ ਪੰਜਾਬ ਨੂੰ ਬਦਲ ਦੂੰਗਾ, ਹੁਣ ਉਹ ਭੈਣ ਪਿੱਟ ਰਹੀ ਹੈ ਤਰਲੇ ਪਾ ਰਹੀ ਹੈ ਇਨਸਾਫ ਦੇ ਲਈ ਵੀ ਮੈਨੂੰ ਧਮਕੀਆਂ ਆਉਂਦੀਆਂ ਨੇ, ਕੱਲ ਨੂੰ ਉਹਨੇ ਇਕੱਲਿਆਂ ਖੇਤਾਂ 'ਚ ਵੀ ਜਾਣਾ ਹੈ, ਆਪਦੇ ਖੇਤ ਵੀ ਕਰਨੇ ਹੈ, ਆਪਦੇ ਖੇਤਾਂ 'ਚ ਫਸਲ ਵੀ ਬੀਜਣੀ ਹੈ, ਕਣਕ ਵੀ ਬੀਜਣੀ ਹੈ, ਅਤੇ ਫਿਰ ਕੌਣ ਜ਼ਿੰਮੇਵਾਰ ਹੈ ਜੇ ਕੱਲ ਨੂੰ ਕੋਈ ਹਰਕਤ ਕਰਕੇ ਜਾਂਦਾ, ਇਸ ਕਰਕੇ ਪ੍ਰਸ਼ਾਸਨ ਵੀ ਅਤੇ ਸਰਕਾਰ ਵੀ ਜ਼ਿੰਮੇਵਾਰੀ ਲਵੇ, ਨਹੀਂ ਜੇ ਨਹੀਂ ਕੰਮ ਹੁੰਦਾ ਸਰਕਾਰ ਤੋਂ ਹੱਥ ਖੜ੍ਹੇ ਕਰ ਜੇ ਪ੍ਰਸ਼ਾਸਨ ਹੱਥ ਖੜ੍ਹੇ ਕਰ ਜੇ ਫਿਰ ਅਸੀਂ ਦੇਖ ਲਾਂਗੇ, ਸਿੱਖ ਕੌਮ ਦੇਖ ਲੂਗੀ ਕਿ ਕਿਵੇਂ ਕੋਈ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਤੇ ਚੜ੍ਹ ਕੇ ਆਉਂਦਾ ਹੈ, ਫਿਰ ਅਸੀਂ ਦੇਖ ਲਾਂਗੇ ਸਾਨੂੰ ਜੋ ਕੁਝ ਕਰਨਾ ਆਉਂਦਾ ਅਸੀਂ ਕਰ ਲਾਂਗੇ, ਕਿਹੜੀ ਗੱਲ ਹੈ ਪ੍ਰਸ਼ਾਸਨ ਹੱਥ ਖੜ੍ਹੇ ਕਰਦੇ, ਅਸੀਂ ਦੱਸ ਲਾਂਗੇ ਫਿਰ ਧੀਆਂ ਭੈਣਾਂ ਦੀ ਇੱਜ਼ਤਾਂ ਨਾਲ ਕਿਵੇਂ ਖਿਲਵਾੜ ਕਰੀਦਾ ਹੁੰਦਾ, ਉਸ ਧਰਤੀ ਦੇ ਖੜ੍ਹੇ ਹਾਂ ਜਿਹੜੀ ਧਰਤੀ ਤੇ ਸਾਡੀ ਭੈਣ ਫਸਲ ਉਗਾਉਂਦੀ ਹੈ, ਚੰਗਾ ਕੰਮ ਕਰਦੀ ਹੈ, ਅੱਗੇ ਹੋ ਕੇ ਲੜ ਰਹੀ ਹੈ ਸਮਾਜ ਦੇ ਨਾਲ, ਕਹਿੰਦੀ ਵੀ ਔਰਤ ਸਭ ਕੁਝ ਕਰ ਸਕਦੀ ਹੈ ਅਤੇ ਉਸੇ ਔਰਤ ਦੇ ਨਾਲ ਧੱਕਾ ਕੀਤਾ ਜਾਵੇ, ਉਸੇ ਔਰਤ ਨੂੰ ਇਕੱਲੀ ਸਮਝ ਕੇ ਗਲਤ ਮੈਸੇਜ ਕੀਤੇ ਜਾਣ, ਫੋਨ ਕੀਤੇ ਜਾਣ ਇਨਵੈਸਟੀਗੇਸ਼ਨ ਕਰਨ ਦੇ ਲਈ, ਤੁਸੀਂ ਕਹਿੰਦੇ ਸਾਡੇ ਨਾਲ ਚੱਲੋ, ਕੀ ਗੱਲ ਬਈ ਉਹ ਸਾਡੀ ਭੈਣ ਆਪਣੇ ਆਪ ਆ ਸਕਦੀ ਹੈ ਜਿੱਥੇ ਤੁਸੀਂ ਇਨਵੈਸਟੀਗੇਸ਼ਨ ਕਹਿੰਦੇ ਹੋ, ਅਤੇ ਇਹੋ ਜਿਹੇ ਸ਼ਰਾਰਤੀ ਅਨਸਰਾਂ 'ਤੇ ਜਾਂ ਕੋਈ ਵੀ ਇਹ ਮੁਲਾਜ਼ਮ ਹੈ ਕੋਈ ਪ੍ਰਸ਼ਾਸਨ ਦਾ ਹਿੱਸਾ ਹੈ ਇਹੋ ਜਿਹੇ ਇਹਨਾਂ 'ਤੇ ਗੰਦ ਬੰਦਾਂ 'ਤੇ ਲੋਕਾਂ 'ਤੇ ਖੱਚਾਂ 'ਤੇ ਪ੍ਰਸ਼ਾਸਨ ਕਾਬੂ ਪਾਲੇ ਨੱਥ ਪਾਲੇ ਨਹੀਂ ਫਿਰ ਕਾਬੂ ਸਾਨੂੰ ਕਰਨੇ ਆਉਂਦੇ ਹੈ, ਪਹਿਲਾਂ ਵੀ ਆ ਮੁਗਲ ਔਰੰਗਜ਼ੇਬ ਵਰਗੇ ਆ ਬੜੇ ਧਲੱਲੇਦਾਰ ਅਬਦਾਲੀ ਅਰਗੇ ਆਏ ਹੈ ਨਾ ਸਿੱਖ ਕੌਮ ਨੇ ਭੜਕਾ ਭੜਕਾ ਕੇ ਭੇਜਿਆ ਮੂੰਹ ਫੇਰ ਫੇਰ ਕੇ ਭੇਜਿਆ, ਅਤੇ ਤੁਸੀਂ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤਾਂ 'ਤੇ ਆ ਕੇ ਚੜ੍ਹੋਗੇ, ਇਹ ਕਦੇ ਹੋ ਨਹੀਂ ਪਾਊਗਾ, ਇਹ ਕੌਮ ਹੈ ਜਿਹੜੀ ਇਹ ਕੌਮ ਜਾਗ ਚੁੱਕੀ ਹੈ, ਇਹ ਜਾਗ ਕੇ ਤੁਹਾਨੂੰ ਦੱਸ ਦੂਗੀ ਆਉਣ ਵਾਲੇ ਟਾਈਮ ਦੇ ਵਿੱਚ ਕਿ ਅਸੀਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੇ ਨਾਲ ਤੁਹਾਨੂੰ ਖੇਡਣ ਨਹੀਂ ਦੇਵਾਂਗੇ, ਤੁਸੀਂ ਜਿਹੜਾ ਮਾਹੌਲ ਖਰਾਬ ਕਰਨ ਲੱਗੇ ਹੋ ਅਸੀਂ ਤੁਹਾਨੂੰ ਦੱਸਤਾ, ਅਸੀਂ ਤੁਹਾਨੂੰ ਦੱਸ ਦਾਂਗੇ ਕਿ ਅਸੀਂ ਤੁਹਾਨੂੰ ਨੱਥ ਪਾਉਣ ਵਾਲੇ ਹਾਂ, ਅਤੇ ਉਸ ਭਰਾ ਨੂੰ ਮੈਂ ਕਹਿਣਾ ਕਿ ਉੱਪਰ ਨੰਬਰ ਹੈ ਸਾਡਾ, ਉਹ ਖੱਚ ਬੰਦਾ ਸਾਨੂੰ ਕੌਲ ਕਰ ਲੇ ਅਤੇ ਫਿਰ ਕੌਲ ਕਰਕੇ ਸਾਡੇ ਨਾਲ ਹੀ ਟੱਕਰ ਲੇ, ਲੱਖਾਂ ਸਾਰਾ ਟੀਮ ਸਾਡੀ ਸਮੁੱਚੀ ਉਸ ਭੈਣ ਦੇ ਨਾਲ ਖੜੀ ਹੈ, ਜੇ ਕਿਸੇ ਦੇ ਮਨ 'ਚ ਕੋਈ ਵਹਿਮ ਹੈ ਉੱਪਰ ਨੰਬਰ ਹੈ ਅਤੇ ਨੰਬਰ ਕਰਕੇ ਫਿਰ ਆ ਜਿਓ, ਸਾਡੇ ਨਾਲ ਹੀ ਟੱਕਰ ਲਓ ਪਹਿਲਾਂ, ਉਹ ਭੈਣ ਦੀ ਗੱਲ ਤਾਂ ਦੂਰ ਹੈ।